ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਖਤਰਾ ਪੈਦਾ ਹੋ ਜਾਂਦਾ। ਇਸ ਵਕਤ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਉਹਦਾ ਵੱਡਾ ਜਿਹੜਾ ਹੈਗਾ ਆਸਰਾ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਘਬਰਾਹਟ ਜਿਹੜੀ ਹੈਗੀ ਆ ਪੈਦਾ ਹੋ ਰਹੀ ਹੈ। ਇਸ ਵਕਤ ਅਸੀਂ ਖਨੌਰੀ ਦੇ ਘੱਗਰ ਦੇ ਪੁੱਲ ਦੇ ਉੱਪਰ ਖੜ੍ਹੇ ਹਾਂ। ਘੱਗਰ ਦਰਿਆ ਇਸ ਵਕਤ ਪੂਰੇ ਆਪਣੇ ਉਛਾਲ ਦੇ ਵਿੱਚ ਆ, ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ। ਹਰ ਇੱਕ ਘੰਟੇ ਘੱਗਰ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਆ ਉਹ ਵੱਧ ਰਿਹਾ। ਪਿਛਲੇ ਸਾਲ ਇਲਾਕੇ ਦੇ ਤਕਰੀਬਨ 15 ਪਿੰਡਾਂ ਨੂੰ ਇਸ ਘੱਗਰ ਦਰਿਆ ਦੇ ਪਾਣੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅਤੇ ਹੁਣ ਫਿਰ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਜਿਹੜਾ ਹੈਗਾ ਘੱਗਰ ਦਰਿਆ ਉਹ ਵਗਦਾ ਨਜ਼ਰ ਆ ਰਿਹਾ। ਇੱਧਰ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਨਾਮ ਆ ਤੁਹਾਡਾ ਜੀ? ਅਸ਼ੋਕ ਕੁਮਾਰ ਜੀ। ਅਸ਼ੋਕ ਜੀ, ਕਿੰਨਾ ਕੁ ਜ਼ਿਆਦਾ ਜਿਹੜਾ ਹੈਗਾ ਪਾਣੀ ਦਾ ਪੱਧਰ ਵੱਧ ਰਿਹਾ? ਅਗਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਿੰਨਾ ਪੱਧਰ ਹੈਗਾ ਜਿਹੜੀ ਉਹ ਸਾਹਮਣੇ ਗੇਜ ਲੱਗੀ ਹੋਈ ਆ, ਤੁਸੀਂ ਚੈੱਕ ਕਰਨੇ ਹੁੰਦੇ ਹੋ? ਸਰ ਇਸ ਟਾਈਮ ਆਪਣਾ ਲੇਵਲ ਹੈਗਾ ਪਾਣੀ ਦਾ 743.8 ਹੈਗਾ ਜੀ। ਠੀਕ ਹੈ ਜੀ। ਹਾਂਜੀ, ਸਵੇਰ ਦਾ 6 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣਾ 7 ਪੁਆਇੰਟ ਪਾਣੀ ਵਧਿਆ ਜੀ। 7 ਪੁਆਇੰਟ ਪਾਣੀ ਵਧਿਆ। ਹਾਂਜੀ ਹਾਂਜੀ। ਤਾਂ ਗੱਲ ਕਰੀਏ ਤਾਂ ਕੱਲ੍ਹ ਕਿੰਨਾ ਪਾਣੀ ਸੀ, ਕੁਛ ਅੰਦਾਜ਼ਾ ਵੀ ਕਿੰਨੇ ਕੁ ਫੁੱਟ ਜਿਹੜਾ ਹੈਗਾ ਪਿਛਲੇ 24 ਘੰਟੇ 'ਚ ਪਾਣੀ ਵਧਿਆ ਹੈਗਾ? 24 ਘੰਟੇ ਦੇ ਵਿੱਚ ਸਰ ਆਪਣਾ 18.5 ਫੁੱਟ ਪਾਣੀ ਵੱਧ ਗਿਆ ਜੀ। ਠੀਕ ਹੈ। ਹਾਂਜੀ, ਤਾਂ ਕਾਫੀ ਜ਼ਿਆਦਾ ਅਗਰ ਗੱਲ ਕਰੀਏ ਤਾਂ ਲਗਾਤਾਰ ਪਾਣੀ ਵੱਧਦਾ ਜਾ ਰਿਹਾ। ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਵੇਂ ਲੱਗਦਾ, ਤੁਸੀਂ ਇੱਥੇ ਡਿਊਟੀ ਕਰਦੇ ਹੋ, ਵੀ ਕਿੰਨਾ ਕੁ ਪਾਣੀ ਹੋਰ ਵਧਣ ਦੀ ਸ਼ੰਕਾ ਹੈਗੀ ਆ? ਦੇਖੋ ਸਰ, ਹੁਣ ਤਾਂ ਪਾਣੀ ਇਤਨੀ ਰਫਤਾਰ ਨਹੀਂ ਫੜ ਰਿਹਾ ਜਿੰਨਾ ਪਹਿਲਾਂ ਫੜ ਰਿਹਾ ਸੀ। ਹੁਣ ਚਾਂਸ ਘੱਟਣ ਦੇ ਲੱਗ ਰਹੇ ਨਾ, ਅੱਗੇ ਕੀ ਪਤਾ ਜੀ। ਠੀਕ ਹੈ। ਪਰ ਫਿਰ ਵੀ ਲਗਾਤਾਰ ਇਲਾਕੇ ਦੇ ਲੋਕ ਤਾਂ ਤੁਹਾਡੇ ਕੋਲ ਕਾਫੀ ਆ ਕੇ ਪੁੱਛ ਰਹੇ ਨੇ, ਅਸੀਂ ਪਹਿਲਾਂ ਵੀ ਕਿਸਾਨ ਦੇਖੇ ਨੇ, ਕਿਉਂਕਿ ਲੋਕਾਂ ਦੇ ਮਨਾਂ 'ਚ ਘਬਰਾਹਟ ਜਿਹੜੀ ਜ਼ਰੂਰ ਪੈਦਾ ਹੋ ਰਹੀ ਹੈ। ਹਾਂਜੀ ਹਾਂਜੀ, ਕਿੰਨੇ ਕੁ ਲੋਕ ਆ ਕੇ ਤੁਹਾਨੂੰ ਪੁੱਛ ਰਹੇ ਨੇ ਹਾਲਾਤ ਮੌਕਾ? ਤਾਂ ਕਾਫੀ ਆਉਂਦੇ ਨੇ ਸਰ ਇੱਧਰ ਪੁੱਛਦੇ ਨੇ। ਠੀਕ ਹੈ। ਹਾਂਜੀ ਹਾਂਜੀ। ਤਾਂ ਇਹ ਅਧਿਕਾਰੀ ਹੈਗੇ ਨੇ ਜਿਹੜੇ ਹਰ ਇੱਕ ਘੰਟੇ ਦੀ ਰਿਪੋਰਟ ਜਿਹੜੀ ਹੈਗੀ ਆ ਉਸ ਗੇਜ ਤੋਂ ਲੈਂਦੇ ਨੇ ਕਿ ਕਿੰਨਾ ਜਿਹੜਾ ਪਾਣੀ ਹੈਗਾ ਘੱਗਰ ਦੇ ਵਿੱਚ ਵੱਧ ਰਿਹਾ। ਤਾਂ ਲਗਾਤਾਰ ਜਿਹੜਾ ਹੈਗਾ ਪਿਛਲੇ 24 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਵਧਿਆ, ਪਰ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ। ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਘੱਗਰ ਦੇ ਸਾਰੇ ਜਿਹੜੇ ਕੰਢੇ ਹੈਗੇ ਨੇ ਮਜ਼ਬੂਤ ਕੀਤੇ ਗਏ ਨੇ, ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ, ਕਿ ਇਲਾਕੇ ਦੇ ਲੋਕ ਸੁਰੱਖਿਅਤ ਰਹਿਣ। ਪਰ ਜਿਹੜਾ ਘੱਗਰ ਹੈਗਾ ਇਹ ਲਗਾਤਾਰ ਆਪਣਾ ਪਾਣੀ ਦੀ ਉਛਾਲ ਪਕੜਦਾ ਨਜ਼ਰ ਆ ਰਿਹਾ। ਮੂਣਕ ਤੋਂ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ। ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਖਤਰਾ ਪੈਦਾ ਹੋ ਜਾਂਦਾ। ਇਸ ਵਕਤ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਉਹਦਾ ਵੱਡਾ ਜਿਹੜਾ ਹੈਗਾ ਆਸਰਾ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਘਬਰਾਹਟ ਜਿਹੜੀ ਹੈਗੀ ਆ ਪੈਦਾ ਹੋ ਰਹੀ ਹੈ। ਇਸ ਵਕਤ ਅਸੀਂ ਖਨੌਰੀ ਦੇ ਘੱਗਰ ਦੇ ਪੁੱਲ ਦੇ ਉੱਪਰ ਖੜ੍ਹੇ ਹਾਂ। ਘੱਗਰ ਦਰਿਆ ਇਸ ਵਕਤ ਪੂਰੇ ਆਪਣੇ ਉਛਾਲ ਦੇ ਵਿੱਚ ਆ, ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ। ਹਰ ਇੱਕ ਘੰਟੇ ਘੱਗਰ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਆ ਉਹ ਵੱਧ ਰਿਹਾ। ਪਿਛਲੇ ਸਾਲ ਇਲਾਕੇ ਦੇ ਤਕਰੀਬਨ 15 ਪਿੰਡਾਂ ਨੂੰ ਇਸ ਘੱਗਰ ਦਰਿਆ ਦੇ ਪਾਣੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅਤੇ ਹੁਣ ਫਿਰ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਜਿਹੜਾ ਹੈਗਾ ਘੱਗਰ ਦਰਿਆ ਉਹ ਵਗਦਾ ਨਜ਼ਰ ਆ ਰਿਹਾ। ਇੱਧਰ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਨਾਮ ਆ ਤੁਹਾਡਾ ਜੀ? ਅਸ਼ੋਕ ਕੁਮਾਰ ਜੀ। ਅਸ਼ੋਕ ਜੀ, ਕਿੰਨਾ ਕੁ ਜ਼ਿਆਦਾ ਜਿਹੜਾ ਹੈਗਾ ਪਾਣੀ ਦਾ ਪੱਧਰ ਵੱਧ ਰਿਹਾ? ਅਗਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਿੰਨਾ ਪੱਧਰ ਹੈਗਾ ਜਿਹੜੀ ਉਹ ਸਾਹਮਣੇ ਗੇਜ ਲੱਗੀ ਹੋਈ ਆ, ਤੁਸੀਂ ਚੈੱਕ ਕਰਨੇ ਹੁੰਦੇ ਹੋ? ਸਰ ਇਸ ਟਾਈਮ ਆਪਣਾ ਲੇਵਲ ਹੈਗਾ ਪਾਣੀ ਦਾ 743.8 ਹੈਗਾ ਜੀ। ਠੀਕ ਹੈ ਜੀ। ਹਾਂਜੀ, ਸਵੇਰ ਦਾ 6 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣਾ 7 ਪੁਆਇੰਟ ਪਾਣੀ ਵਧਿਆ ਜੀ। 7 ਪੁਆਇੰਟ ਪਾਣੀ ਵਧਿਆ। ਹਾਂਜੀ ਹਾਂਜੀ। ਤਾਂ ਗੱਲ ਕਰੀਏ ਤਾਂ ਕੱਲ੍ਹ ਕਿੰਨਾ ਪਾਣੀ ਸੀ, ਕੁਛ ਅੰਦਾਜ਼ਾ ਵੀ ਕਿੰਨੇ ਕੁ ਫੁੱਟ ਜਿਹੜਾ ਹੈਗਾ ਪਿਛਲੇ 24 ਘੰਟੇ 'ਚ ਪਾਣੀ ਵਧਿਆ ਹੈਗਾ? 24 ਘੰਟੇ ਦੇ ਵਿੱਚ ਸਰ ਆਪਣਾ 18.5 ਫੁੱਟ ਪਾਣੀ ਵੱਧ ਗਿਆ ਜੀ। ਠੀਕ ਹੈ। ਹਾਂਜੀ, ਤਾਂ ਕਾਫੀ ਜ਼ਿਆਦਾ ਅਗਰ ਗੱਲ ਕਰੀਏ ਤਾਂ ਲਗਾਤਾਰ ਪਾਣੀ ਵੱਧਦਾ ਜਾ ਰਿਹਾ। ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਵੇਂ ਲੱਗਦਾ, ਤੁਸੀਂ ਇੱਥੇ ਡਿਊਟੀ ਕਰਦੇ ਹੋ, ਵੀ ਕਿੰਨਾ ਕੁ ਪਾਣੀ ਹੋਰ ਵਧਣ ਦੀ ਸ਼ੰਕਾ ਹੈਗੀ ਆ? ਦੇਖੋ ਸਰ, ਹੁਣ ਤਾਂ ਪਾਣੀ ਇਤਨੀ ਰਫਤਾਰ ਨਹੀਂ ਫੜ ਰਿਹਾ ਜਿੰਨਾ ਪਹਿਲਾਂ ਫੜ ਰਿਹਾ ਸੀ। ਹੁਣ ਚਾਂਸ ਘੱਟਣ ਦੇ ਲੱਗ ਰਹੇ ਨਾ, ਅੱਗੇ ਕੀ ਪਤਾ ਜੀ। ਠੀਕ ਹੈ।
ਪਰ ਫਿਰ ਵੀ ਲਗਾਤਾਰ ਇਲਾਕੇ ਦੇ ਲੋਕ ਤਾਂ ਤੁਹਾਡੇ ਕੋਲ ਕਾਫੀ ਆ ਕੇ ਪੁੱਛ ਰਹੇ ਨੇ, ਅਸੀਂ ਪਹਿਲਾਂ ਵੀ ਕਿਸਾਨ ਦੇਖੇ ਨੇ, ਕਿਉਂਕਿ ਲੋਕਾਂ ਦੇ ਮਨਾਂ 'ਚ ਘਬਰਾਹਟ ਜਿਹੜੀ ਜ਼ਰੂਰ ਪੈਦਾ ਹੋ ਰਹੀ ਹੈ। ਹਾਂਜੀ ਹਾਂਜੀ, ਕਿੰਨੇ ਕੁ ਲੋਕ ਆ ਕੇ ਤੁਹਾਨੂੰ ਪੁੱਛ ਰਹੇ ਨੇ ਹਾਲਾਤ ਮੌਕਾ? ਤਾਂ ਕਾਫੀ ਆਉਂਦੇ ਨੇ ਸਰ ਇੱਧਰ ਪੁੱਛਦੇ ਨੇ। ਠੀਕ ਹੈ, ਹਾਂਜੀ ਹਾਂਜੀ। ਤਾਂ ਇਹ ਅਧਿਕਾਰੀ ਹੈਗੇ ਨੇ ਜਿਹੜੇ ਹਰ ਇੱਕ ਘੰਟੇ ਦੀ ਰਿਪੋਰਟ ਜਿਹੜੀ ਹੈਗੀ ਆ ਉਸ ਗੇਜ ਤੋਂ ਲੈਂਦੇ ਨੇ ਕਿ ਕਿੰਨਾ ਜਿਹੜਾ ਪਾਣੀ ਹੈਗਾ ਘੱਗਰ ਦੇ ਵਿੱਚ ਵੱਧ ਰਿਹਾ। ਤਾਂ ਲਗਾਤਾਰ ਜਿਹੜਾ ਹੈਗਾ ਪਿਛਲੇ 24 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਵਧਿਆ, ਪਰ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ। ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਘੱਗਰ ਦੇ ਸਾਰੇ ਜਿਹੜੇ ਕੰਢੇ ਹੈਗੇ ਨੇ ਮਜ਼ਬੂਤ ਕੀਤੇ ਗਏ ਨੇ, ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ, ਕਿ ਇਲਾਕੇ ਦੇ ਲੋਕ ਸੁਰੱਖਿਅਤ ਰਹਿਣ। ਪਰ ਜਿਹੜਾ ਘੱਗਰ ਹੈਗਾ ਇਹ ਲਗਾਤਾਰ ਆਪਣਾ ਪਾਣੀ ਦੀ ਉਛਾਲ ਪਕੜਦਾ ਨਜ਼ਰ ਆ ਰਿਹਾ। ਮੂਣਕ ਤੋਂ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ।